ਜਿਵੇਂ ਸਰ ਮੰਨ ਲਓ ਪਿਛਲੇ ਜਿਆਨੀ ਸਾਹਿਬ ਜਿਸ ਡਿਪਾਰਟਮੈਂਟ ਨਾਲ ਮੰਤਰੀ ਸੀ ਉਹਨਾਂ ਨੂੰ ਲੱਗਦਾ ਸੀ ਨਾ ਮੰਨ ਲਓ ਜੇ ਕੋਈ ਹਸਪੀਟਲ ਕੋਈ ਪ੍ਰੋਬਲਮ ਆ ਗਏ ਉਹ ਅੱਧੀ ਰਾਤ ਨੂੰ ਉੱਥੇ ਪਹੁੰਚ ਜਾਂਦੇ ਸੀ ਇਹਨਾਂ ਨੇ ਸਰਕਾਰੀ ਹਸਪੀਟਲ ਬਣਾਇਆ ਕੈਂਸਰ ਦਾ ਹਸਪੀਟਲ ਬਣਾਇਆ ਜਿਹੜੇ ਲੋਕ ਬਾਹਰ ਜਾਂਦੇ ਸੀ ਹੁਣ ਇੱਥੇ ਅਗਲੇ ਟ੍ਰੀਟਮੈਂਟ ਕਰਾਉਣਗੇ ਆਪਦੀ ਉਹਨਾਂ ਦੇ ਰਾਜ 'ਚ ਵਿਕਾਸ ਹੋਇਆ ਜੀ ਡਿਸਟ੍ਰਿਕਟ ਵੀ ਬਣਿਆ ਸੀ ਵਿਕਾਸ ਕਾਫੀ ਹੋਇਆ ਜੀ ਕੋਈ ਮੁਕਾਬਲਾ ਨਹੀਂ ਕਰ ਸਕਦਾ ਜੀ ਨਾ ਅੱਗੇ ਕੋਈ ਕਰ ਸਕੇਗਾ ਨਾ ਪਿੱਛੇ ਕਿਸੇ ਨੇ ਕੀਤਾ ਇੰਨਾ ਉਹਨਾਂ ਨੇ ਵਿਕਾਸ ਕਰਾਇਆ ਸੀ